अस्सलाम वालेकुम, सत श्री अकाल, प्रणाम जी। दोस्तों, अज असीं एक बुजुर्ग माँ को आए हाँ। 1947 के जाड़िया नूं इन्हां ने बड़ी चंगी तरह वेख्या। 1947 का ताप इन्हां ने आदे अड्डां ते बड़ी चंगी तरह हंडाया। इन्हां दा चढ़दे पंजाब दे विच पिंड लुबाणे वाली सी, तहसील मुकसर सी, ज़िला फिरोज़पुर सी। असी इन्हां नूं इन्हां दे पिछले पिंड दे बारे सारा कुछ पुछांगे ते इन्हां नाल सांझ करांगे कि 1947 दे जाड़िया नूं इन्हां ने किस तरह वेख्या है। तो आओ हुण गल करने आ माँ जी नाल 1947 दी वंड दी। अस्सलाम वालेकुम जी। वालेकुम सलाम। अम्मा, सब तो पहले तो अपना नाम दस। मेरा नाम नूर बेगम। तुहाडे वालद साहब का की नाम सी? पाणा। दादा जी दा? दादा जी दा कंदर। तुहाडा जिहड़ा वालद साहब सन, ओ किने पाई सन? ओ सी वड्डा कालू। अच्छा जी। छोटा पाणा। हाँ जी। उर्दू छोटा माणा। हाँ जी। उर्दू छोटा अब्दरमान। ओले तो छोटा लाई बैशक। तुसी किन्ने भैन भाई जी? असी पांच भैन भरा सा। भरा तो दो अड्डा तो प्यारे हो गए। की नाम सुना उन्होंने? वड्डे का नाम नूर मोहम्मद, छोटे का नाम नूर समान, मेरा नाम नूर बेगम, मेरी भैन का नाम नूर निशा, उर्दू छोटी का नाम अशमत बीबी। जो उजाड़े पै ने अलोटी पई है, किन्नी उम्र से थोड़ी? इन्ना पता नहीं, मैं वाहवा था। 12-13 साल उम्र हैगी सी? 12-13। पिछा अपना पिंड केड़ा सी? लुबाणे वाली। लुबाणे वाली केड़ा शहर लगता सी? मुकसर तहसील फिरोजपुर जिला। ठीक है। मुकसर किन्ना पल सी अपने पिंड तो? 5 को। अच्छा, जिहड़ा वो पिंड सी लुबाणे वाले? हाँ। उन्दे विच कोई स्कूल हैगा सी? उदों स्कूल हैगा सी, रंगड़ा पासे सी, दूर सी। तुहाडे घरां तों दूर सी? हाँ। ते मसीत? मसीत साडे घरां दे साडे विचाले जे पिंड दे डेरा बणिया होया सी, ते डेरे दे नाल मसीत सी। मसीत दे नाल अहीं गली जांदी सी, ओ वी वडलू के एमना खूहां बणे जांदी सी गली। एक गली जांदी सी रंगड़ा वाले पासे मसीत दे अगों दी, उत्थे। अच्छा, तुसीं इह दसो, नाइयां दा घर सी, मौलवियां दा, अगले पासे मुंशी दी दुकान सी, उदू अगले पासे उमरे माछी दा घर सी। अच्छा, जिहड़ा डेरा सी? हाँ। ओह डेरा किन्ना दा सी? ਉਹ ਡੇਰਾ ਗਿੱਧਾਂ ਦਾ ਹੀ ਸੀ, ਉਹ ਬਹਿੰਦੇ ਹੁੰਦੇ ਸੀ ਉੱਥੇ। ਕੀ ਨਾਂ ਸੀ ਉਹਨਾਂ ਦਾ? ਆ ਮੱਲੇ 'ਤੇ ਹੀ ਬਹਿੰਦੇ ਹੁੰਦੇ ਸੀ, ਬਾਬੇ ਹਰੀ ਦੇਗ ਸਾਰੇ, ਨਾਨਕੇ ਵੇਲੇ ਦੇ, ਦਾਦਕੇ ਵੇਲੇ ਦੇ, ਸ਼ਾਮਾਂ ਵੇਲੇ ਉੱਥੇ ਬਹਿੰਦੇ ਹੁੰਦੇ ਸੀ। ਤੁਸੀਂ ਗੱਲ ਕੀਤੀ ਹੈ ਮੁਨਸ਼ੀ ਕਰਾੜ ਦੀ? ਹਾਂ। ਜਦੋਂ ਦੀ ਦੁਕਾਨ ਸੀ? ਤੁਹਾਡਾ ਘਰ ਮੁਨਸ਼ੀ ਕਰਾੜ ਦੀ ਦੁਕਾਨ ਤੋਂ ਕਿੰਨਾ ਦੂਰ ਸੀ? ਸਾਡਾ ਘਰ ਵਾਹਵਾ ਦੂਰ ਸੀ। ਇੱਕ ਗਲੀ ਜਾਂਦੀ ਸੀ ਮੇਰੇ ਨਾਨਕੇ ਘਰ ਵਿਹੜੇ ਨੂੰ, ਇੱਕ ਗਲੀ ਸਾਡੇ ਨੂੰ, ਇੱਕ ਗਲੀ ਬਾਬੇ ਸਿਆਦੇ ਕੇ, ਅਤੇ ਸਾਡਾ ਘਰ ਉਹ ਗਲੀ ਤੋਂ ਵਾਹਵਾ ਪੰਧ ਇੱਧਰ ਸੀ। ਅੱਛਾ, ਤੁਹਾਡਾ ਘਰ ਪਿੰਡ ਕਿਹੜੇ ਪਾਸੇ ਸੀ? ਚੜ੍ਹਦੇ ਵਾਲੇ ਪਾਸੇ ਕਿ ਲਹਿੰਦੇ ਵਾਲੇ ਪਾਸੇ? ਕੁਤਬ ਵਾਲੇ ਪਾਸੇ। ਕੁਤਬ ਵਾਲੇ ਪਾਸੇ। ਹਾਂ, ਠੀਕ ਹੈ, ਠੀਕ ਹੈ। ਤੁਹਾਡਾ ਘਰ ਸੀ ਕੁਤਬ ਵਾਲੇ ਪਾਸੇ, ਅਤੇ ਉਸ ਪਿੰਡ ਦੇ ਵਿੱਚ ਉਦੋਂ ਜਦੋਂ ਆਪਾਂ ਰਹਿੰਦੇ ਸਨ 1947 ਤੋਂ ਪਹਿਲੇ, ਹਾਂ, ਉੱਥੇ ਪਾਣੀ ਪੀਣ ਦਾ ਕੀ ਨਿਜ਼ਾਮ ਸੀ? ਖੂਹਾਂ ਤੋਂ ਭਰ ਕੇ ਲਿਆਈਦਾ ਸੀ, ਮਾਛੀ ਮਛਕਾਂ ਪਾਉਂਦੇ ਸੀ। ਅੱਛਾ ਜੀ। ਅਤੇ ਜਾਂ ਆਪ ਭਰ ਕੇ ਲਿਆਈਦਾ ਸੀ ਘੜਿਆ ਨਾਲ। ਅੱਛਾ ਜੀ। ਖੂਹ ਸੀ, ਅਸੀਂ ਜਾਈਦਾ ਸੀ ਲਹਿੰਦੇ ਵਾਲੇ ਪਾਸੇ, ਅਤੇ ਮੁੜ ਕੇ ਦੱਖਣ ਨੂੰ ਮੁੜੀਦਾ ਸੀ। ਇੱਕ ਖੂਹ ਗਿੱਲਾ ਦਾ ਸੀ, ਇੱਕ ਸਾਰਿਆਂ ਦਾ ਸਾਂਝਾ ਸੀ, ਚਾਹ ਵਿੱਢਾਂ ਵਾਲਾ, ਅਤੇ ਇੱਕ ਚੰਦੜਾਂ ਦਾ ਸੀ, ਉਹ ਇੱਕ ਵਿੱਢਦਾ ਸੀ, ਅਤੇ ਗਿੱਧਾਂ ਵਾਲਾ ਵੀ ਇੱਕ ਵਿੱਢਦਾ ਸੀ।
ਉੱਥੇ ਲਵਾਣਾ ਜੀ ਪਿੰਡ ਦੀਆਂ ਕਿੰਨੀਆਂ ਪੱਤੀਆਂ ਸਨ ਤੇ ਜੱਟ ਗਿਰਲ ਸੀ ਅੱਛਾ ਜੀ ਹੋਰ ਤਾਂ ਨਹੀਂ ਮੈਨੂੰ ਪਤਾ ਠੀਕ ਹੈ ਤੇ ਡੰਗਰਾਂ ਨੂੰ ਪਾਣੀ ਆਪਾਂ ਕਿੱਥੋਂ ਪਿਆਉਂਦੇ ਸਾਂ ਖੂਹ ਤੋਂ ਖੇੜਾ ਬਣੀਆਂ ਹੁੰਦੀਆਂ ਸੀ ਅੱਛਾ ਤੇ ਖੇੜਾ ਮਾਛੀ ਭਰ ਦਿੰਦੇ ਸੀ ਸਾਂਝਰੇ ਉੱਠ ਕੇ ਤੇ ਕੋਈ ਉੱਠ ਜੋੜਦਾ ਸੀ ਕੋਈ ਕੱਟਾ ਵੱਛਾ ਜੋੜ ਕੇ ਅਤੇ ਪਾਣੀ ਕੱਢ ਦਿੰਦੇ ਸੀ ਛੱਪੜ ਸੀ ਵੱਡਾ ਸਾਰਾ ਨਾਲ ਉਹ ਛੱਪੜ ਕਿਹੜੇ ਪਾਸੇ ਸੀ ਪਿੰਡ ਦੇ ਖੂਹਾਂ ਦੇ ਨਾਲ ਹੀ ਸੀ ਪਿੰਡ ਦੇ ਵਿੱਚ ਬਹਿੰਦੇ ਵਾਲੇ ਪਾਸੇ ਜਿੱਧਰ ਕਬਰਸਤਾਨ ਸੀ ਅੱਛਾ ਅੱਛਾ ਕਬਰਸਤਾਨ ਜਿਹੜਾ ਸੀ ਉਹ ਉੱਚੀ ਜਗ੍ਹਾ 'ਤੇ ਸੀ ਜਾਂ ਬਰਾਬਰ ਸੀ ਜ਼ਮੀਨ ਉਹ ਕੁਛ ਉੱਚੀ ਸੀ ਸਾ ਅੱਛਾ ਵੀ ਜਿੱਥੇ ਕਬਰਾਂ ਸਨ ਹਾਂ ਅਤੇ ਪਿੰਡ ਦਾ ਉਹ ਕਿਹੜਾ ਪਾਸਾ ਬਣਦਾ ਸੀ ਚੜ੍ਹਦਾ ਕਿ ਲੈਂਦਾ ਉਹਦਾ ਹੀ ਵਾਲੇ ਪਾਸੇ ਸੀ ਲੈਂਦੇ ਵਾਲੇ ਪਾਸੇ ਹਾਂ ਇੱਕੋ ਹੀ ਛੱਪੜ ਸੀ ਹਾਂ ਛੱਪੜ ਇੱਕੋ ਸੀ ਕਦੋਂ ਮੀਂਹ ਪੈਂਦੇ ਸੀ ਉਦੋਂ ਕਬਰਾਂ ਦੇ ਦੱਖਣ ਵਾਲੇ ਪਾਸੇ ਭਰਿਆ ਜਾਂਦਾ ਸੀ ਨਵਾਂ ਛੱਪੜ ਵੀ ਉੱਥੋਂ ਫਿਰ ਲੋਕ ਪਾਣੀ ਭਰਦਾ ਸੀ ਸਹੀ ਖੂਹਾਂ ਤਿੱਕਰ ਪਾਣੀ ਹੁੰਦਾ ਸੀ ਅਤੇ ਅੱਛਾ ਫਿਰ ਖੂਹਾਂ 'ਤੇ ਆਇਆ ਨਹੀਂ ਜਾਂਦਾ ਸੀ ਫਿਰ ਛੱਪੜਾਂ 'ਤੇ ਭਰਦੇ ਸੀ ਰੰਗੜਾਂ ਦਾ ਛੱਪੜ ਸੀ ਕਬਰਸਤਾਨ ਦੇ ਪਿਛਲੇ ਪਾਸੇ ਦੱਖਣ ਵਾਲੇ ਪਾਸੇ ਠੀਕ ਹੈ ਅਤੇ ਜਿਹੜੇ ਤੁਹਾਡੇ ਬਜ਼ੁਰਗ ਸਨ ਤੁਹਾਡੇ ਵਾਲਦਰੀ ਜੀ ਉਹ ਉੱਥੇ ਕੰਮ ਕੀ ਕਰਦੇ ਸਨ ਉਹ ਵਾਹੀ ਦਾ ਕੰਮ ਕਰਦੇ ਸੀ ਹੋਰ ਕੰਮ ਕੀ ਕਰਨਾ ਹੁੰਦਾ ਜ਼ਮੀਨ ਆਪਣੀ ਸੀ ਜਾਂ ਜ਼ਮੀਨ ਆਪਣੀ ਸੀ ਠੀਕ ਹੈ ਐਡੀ ਸਾਰੀ ਸਮਾਂ ਹੈ ਕਦੋਂ ਹਿੰਦੁਸਤਾਨ 'ਚੋਂ ਆਏ 12-13 ਸਾਲ ਉਮਰ ਹੈਗੀ ਸੀ ਹੋਵੇ ਵੀ ਅੱਧਾ ਜਾਣਾ ਠੀਕ ਹੈ ਇਹ ਫਿਰ ਜਦੋਂ ਲੋਟੀ ਪਈ ਹੈ ਲੁੱਟ ਤੁੜ ਪਈ ਹੈ ਇਹ ਕੀ ਕਾਰਨ ਬਣਿਆ ਵੀ ਜਿਹੜਾ ਨਾ ਵੀ ਤੁਹਾਨੂੰ ਉੱਥੋਂ ਵੀ ਨਿਕਲਣਾ ਪਿਆ ਲਵਾਣਿਆ ਹੀ ਛੱਡਣਾ ਪਿਆ ਉੱਥੋਂ ਆਉਂਦੇ ਸੀ ਵੀ ਮੁੜੇ ਆਵਾਂਦੇ ਮੁੜੇ ਆਵਾਂਦੇ ਆ ਇੱਕ ਦੋ ਦਿਨ ਦਾ ਰੌਲਾ ਹੈ ਜੰਡ ਵਾਲੇ ਆ ਗਏ ਲਵਾਣਿਆ ਜਿਹੜਾ ਪਿੰਡ ਸੀ ਹਾਂ ਉੱਥੇ ਤੁਸੀਂ ਜਦੋਂ ਬੈਠੇ ਸੀ ਹਾਂ ਜਿਹੜੇ ਆਸੇ ਪਾਸੇ ਦੇ ਪਿੰਡ ਸਨ ਹਾਂ ਉਹ ਪਿੰਡ ਕਿਹੜੇ ਕਿਹੜੇ ਸੀ ਉਹਨਾਂ ਦੇ ਨਾਂ ਦੱਸਿਆ ਜੀ ਇੱਕ ਸੀ ਸੱਕਾਂ ਵਾਲੀ ਅੱਛਾ ਜੀ ਇੱਕ ਸੀ ਬਾਜਾ ਅੱਛਾ ਇੱਕ ਵੱਟੂ ਅੱਛਾ ਸ਼ੀਰ ਵਾਲੀ ਅੱਛਾ ਜਸਿਆਣਾ ਅੱਛਾ ਕਾਨਿਆਂ ਵਾਲੀ ਅੱਛਾ ਅਤੇ ਜਿੱਥੇ ਅਸੀਂ ਜਾ ਕੇ ਰਾਤ ਹੀ ਇੱਕੋ ਕੱਟੀ ਜੰਡ ਵਾਲਾ ਗੁਰੂਆਂ ਦਾ ਉਹ ਫਿਰ ਪੁੱਛਦੇ ਹਾਂ ਤੁਹਾਡੇ ਕੋਲ ਇਹ ਜਿਹੜੇ ਆਸੇ ਪਾਸੇ ਦੇ ਪਿੰਡ ਸਨ ਹਾਂ ਉਹ ਸਾਰੇ ਪਿੰਡ ਮੁਸਲਮਾਨਾਂ ਦੇ ਸੀ ਜਾਂ ਸਿੱਖਾਂ ਦੇ ਸਨ ਉਹਨਾਂ ਉਹਦੇ ਵਿੱਚ ਤਾਂ ਇਹਦੇ ਸੀ ਕੋਈ ਮੁਸਲਮਾਨ ਸੀ ਅਤੇ ਕੋਈ ਸਿੱਖ ਸੀ ਰਲਵੇਂ ਬੈਠੇ ਸਨ ਹਾਂ ਰਲਵੇਂ ਅਤੇ ਸਾਡਾ ਪਿੰਡ ਸਾਰਾ ਹੀ ਮੁਸਲਮਾਨਾਂ ਦਾ ਸੀ ਜਾਂ ਕਰਾੜਾਂ ਦੇ ਜਿਹੜੇ ਆਸੇ ਪਾਸੇ ਦੇ ਪਿੰਡ ਸਨ ਉਹਨਾਂ ਪਿੰਡਾਂ 'ਚ ਕੋਈ ਤੁਹਾਡੀ ਰਿਸ਼ਤੇਦਾਰੀ ਹੈਗੀ ਸੀ ਵਟੂਏ ਹੈਗੇ ਸੀ ਮੇਰੇ ਦਾਦੇ ਸੁੰਦਰ ਦੀਆਂ ਪਈਆਂ ਅੱਛਾ ਇੱਕ ਅਲੀ ਮੁਹੰਮਦ ਦੀ ਭੈਣ ਆ ਅੱਛਾ ਅਤੇ ਸੀਰ ਵਾਲੀ ਇੱਕ ਮੇਰੀ ਮਾਸੀ ਸੀ ਅੱਛਾ ਇੱਕ ਮੇਰੇ ਤਾਏ ਦੀ ਧੀ ਸੀ ਅੱਛਾ ਇੱਕ ਕੰਮੋ ਦੀ ਧੀ ਸੀ ਕੰਮੋ ਫਕੀਰਨੀ ਦੀ ਜਿਹੜੇ ਸੀਰ ਵਾਲੀ ਦੇ ਵਿੱਚ ਤੇਰੀ ਮਾਸੀ ਸੀ ਉਹਦਾ ਕੀ ਨਾਂ ਸੀ ਉਹਦਾ ਨਾਂ ਕੰਮੋ ਸੀ ਅਤੇ ਦੂਸਰੀ ਦਾ ਕੀ ਨਾਂ ਸੀ ਜਿਹੜੀ ਚਾਚੀ ਐਸਾ ਦੀ ਭੈਣ ਸੀ ਉਹਦਾ ਨਾਂ ਦਾ ਹਰ ਅੱਛਾ ਉਹਦੇ ਨਾਂ ਦਾ ਚੇਤਾ ਭੁੱਲ ਗਿਆ ਵੀ ਯਾਨੀ ਕਿ ਤਿੰਨ ਬੀਬੀਆਂ ਤੁਹਾਡੀ ਬਿਆਦਰੀ ਦੀਆਂ ਜਿਹੜੀ ਕੰਮਾਂ ਦੀ ਧੀ ਸੀ ਉਹਦਾ ਨਾਂ ਤਾਂ ਨਿਸ਼ਾ ਸੀ ਅੱਛਾ ਜੀ ਉਹਦੇ ਬੰਦੇ ਦਾ ਨਾਂ ਵੀ ਯਾਦ ਸੀ ਅੱਛਾ ਉਹ ਗਿੱਲਾਂ ਵਾਲੀ ਵਿਆਹੀ ਸੀ ਇਹ ਪਤਾ ਨਹੀਂ ਗਿਰਦ ਸੀ ਕਿ ਕੌਣ ਸੀ ਸੀਰ ਵਾਲੀ ਅੱਛਾ ਅੱਛਾ ਜਿਹੜੀ ਨਿਰਤਾ ਦੀ ਧੀ ਸੀ ਉਹਦੇ ਬੰਦੇ ਦਾ ਨਾਂ ਤਾਂ ਯਕੂਬ ਸੀ ਇਹ ਲਵਾਣਿਆ ਜਿਹੜਾ ਨੰਬਰਦਾਰ ਸੀ ਹਾਂ ਨੰਬਰਦਾਰ ਕਿੰਨੇ ਸੀ ਨੰਬਰਦਾਰ ਤਾਂ ਇੱਕੋ ਹੀ ਸੀ ਯਕੂਬ ਅਤੇ ਅੱਗੋਂ ਦਾ ਪੁੱਤਰ ਮਾਮਨ ਦਾ ਉਹ ਨੰਬਰਦਾਰੀ ਫਿਰ ਉਹਦੇ ਕੋਲ ਸੀ ਇਹ ਹੀ ਸੀ ਨੰਬਰਦਾਰ ਬਸ ਇੱਕੋ ਹੀ ਯਕੂਬ ਹਾਂ ਅਤੇ ਅੱਗੋਂ ਦਾ ਪੁੱਤਰ ਸੀ ਫਤਿਹ ਮਾਮਨ ਦਾ ਫਤਿਹ ਮਾਮਨ ਦਾ ਫਿਰ ਨੰਬਰਦਾਰੀ ਉਹਦੇ ਕੋਲ ਸੀ
ठीक है। जदों फिर तुसी उत्थों निकल लगे जी, उत्थे कुछ तुसी मसलन किसी जगह ते कट्ठे हुए सै? कोई घेरे गया, कोई घेरे गया, कट्ठे कित्थे वैसे कोई भावे नाल रलिया हो नहीं एडा को नहीं। जेड़े तुहाडी बरादरी सी गिल बरादरी, हाँ, वो सारे उत्थों कट्ठे होके निकले सी लबाने विचों? घट पिछड़ निकले सी, कट्ठे नहीं निकले? नहीं, भी यानी कि काफला कट्ठा नहीं होया। हाँ, जेड़े ओ को आंदे सी भी आ सवेरे परसों मुड़े आवे, सवेरे परसों मुड़े आवे, कदों आ गए जंडा रात रह तो बडले आखे चल उठ चलो इतो, उदो उठ के आपका और राह पाएगा जरा जंडा सी। हाँ, उत्थे कौन रहिंदा सी? उत्थे साडे रिश्तेदार रहिंदे सी, बागा गिरद। अच्छा, तो उनके भरा का ना हरकी सी, उनका नहीं मां का भूआ दानों के रेंदे सी। अच्छा, मेरी मासी क्यामो के रेंदे सी, वो चीमे सी। अच्छा, मासी क्यामो के चीमे सी। अच्छा, तो भूआ दानों का नहीं पता कौन सी। ठीक है, तुसी फिर भी जेड़े जांडाले आए? हाँ, वो तुहाडे किन्ने घर सन जेड़े जांडाले आए जेड़े तुसी कट्ठे आए जी? असी तां खरे चाचे माणे के ते असी सा अल्लाह जाने। अच्छा, बाकी भी आपो आप निकले ने? आपो आप निकले ने। तुसी फिर जदों जांडाले आ गए पिछा हट के फिर एक बार गैल बाने वाली च? नहीं, जांडा विच होया कनु आ गए? एदा नु आ गए। पैदल आए सी? और टुर टुर के आए सी, उठ सी वो फिर आके कद फांट कोले आ गए, उठे छड ते ओ बेचारे पिछा मुड़ गए। ਤੁਸੀਂ ਸਾਨੂੰ ਥੋੜ੍ਹਾ ਜਿਹਾ ਵੀ ਦੱਸੋ ਵੀ ਜਦੋਂ ਜਾਂਡਲ ਤੁਸੀਂ ਅਗਾਂ ਨੂੰ ਰਵਾਨਾ ਹੋਏ ਜੇ, ਹਾਂ, ਅਤੇ ਅੱਗੇ ਕਿਹੜੇ ਪਾਸੇ ਨੂੰ ਆਏ ਜੀ? ਬਈ ਇੰਨਾ ਨਹੀਂ ਮੈਨੂੰ ਪਤਾ ਹੈ, ਦਰਿਆ ਲੰਘੇ ਜੇ? ਪਹਿਲਾਂ ਤਾਂ ਇੱਕ ਪਿੰਡ ਆਇਆ। ਅੱਛਾ, ਉੱਥੇ ਰਾਤ ਰਹਿ। ਅੱਛਾ, ਬਾਰਿਸ਼ ਬੜੀ ਹੋਈ ਸੀ ਅਤੇ ਪਿੰਡੋਂ ਉੱਠ ਕੇ ਅਤੇ ਅਗਾਂ ਆਇਆ, ਉਸ ਪਿੰਡ ਦਾ ਪਤਾ ਨਹੀਂ ਕੀ ਨਾਂ ਸੀ। ਉੱਥੇ ਫਿਰ ਅਗਰ ਦਰਿਆ ਦੀ ਫਾਂਟ ਆ ਗਈ, ਉੱਥੇ ਦੋ ਦਿਨ ਰਹੇ, ਉਹ ਫਾਂਟ ਟੱਪ ਕੇ ਅਤੇ ਦਰਿਆ ਦੇ ਸੰਨ 'ਚ ਅਤੇ ਫਾਂਟ ਦੇ ਸੰਨ 'ਚ ਰਹੇ ਹਾਂ ਦੋ ਤਿੰਨ ਦਿਨ। ਉੱਥੋਂ ਫਿਰ ਬੇੜੀਆਂ 'ਤੇ ਚੜ੍ਹ ਕੇ ਅਤੇ ਅਗਾਂਹ ਦਰਿਆ ਟੱਪੇ ਹਾਂ। ਤੁਹਾਡੇ ਕੋਲ ਗੱਡਾ ਗੁੱਡਾ ਕੋਈ ਸੀ? ਨਹੀਂ, ਸਾਡੇ ਕੋਲ ਕੁਛ ਵੀ ਨਹੀਂ ਸੀ, ਉੱਠ ਸੀ ਉਹ ਛੱਡ ਦਿੱਤੇ। ਅਤੇ ਮਾਲ ਡੰਗਰ? ਮਾਲ ਡੰਗਰ ਵੀ ਪਿਛਾ ਉੱਥੇ ਪਿੰਡ 'ਚ ਛੱਡਤਾ ਸੀ? ਉਹ ਜਾਂਡਾ ਵਾਲੇ ਲਿਆਂਦੇ ਸੀ ਤੂੰ ਉੱਥੇ ਛੱਡ ਦਿੱਤੇ ਅਤੇ ਪਿਛਾ ਮੁੜ ਗਏ, ਕਦੋਂ ਅਗਾਂ ਤਾਂ ਦਰਿਆ ਤਾਂ ਛੱਡੇ ਸੀ ਬਈ, ਅਗਾਂ ਤਾਂ ਟੱਪਦੇ ਨਹੀਂ ਗੇ। ਜਦੋਂ ਤੁਸੀਂ ਦਰਿਆ 'ਤੇ ਆਏ ਜੇ, ਹਾਂ, ਉੱਥੇ ਬੇੜੀ ਲੱਗੀ ਹੋਈ ਸੀ? ਹਾਂ, ਰਾਤ ਨੂੰ ਟਪਾਇਆ ਸੀ ਸਾਨੂੰ, ਦਿਨ ਤਾਇਆ ਨਹੀਂ ਸੀ। ਅੱਛਾ, ਰਾਤ ਨੂੰ ਟਪਾਇਆ ਸੀ? ਹਾਂ। ਤੂੰ ਉਹਨਾਂ ਨੂੰ ਭਾੜਾ ਕਰਾਇਆ ਲਿਆ ਸੀ? ਭਾੜਾ ਕਰਾਇਆ ਤਾਂ ਨਹੀਂ ਲਿਆ ਸੀ, ਟਪਾਇਆ ਤਾਂ ਐਵੇਂ ਸੀ। ਉਹ ਪਿੰਡ ਦੀਆਂ ਗਲੀਆਂ, ਉਹ ਘਰ ਤੁਹਾਨੂੰ ਯਾਦ ਨੇ? ਯਾਦ ਤਾਂ ਬੜੇ ਨੇ, ਅਤੇ ਉਹ ਆਪਦੇ ਖੇਤਰ ਵੀ ਯਾਦ ਨੇ। ਅੱਛਾ, ਬਈ ਇੱਕ ਵੰਗਲ ਦੇ ਰਾਹ ਸੀ, ਵੰਗਲ ਦੇ? ਹਾਂ। ਅੱਛਾ, ਇੱਕ ਕੁੱਕਰੀਆਂ ਦੇ ਕੋ ਨੇੜੇ ਸੀ। ਅੱਛਾ, ਅਤੇ ਇੱਕ ਜੰਡੋ ਕੀ ਸੀ ਇੱਧਰ। ਅੱਛਾ, ਇੱਕ ਉੱਥੇ ਸੀ। ਅੱਛਾ, ਵੀ ਯਾਨੀ ਕਿ ਤੁਹਾਡੇ ਜਿਹੜੀਆਂ ਜ਼ਮੀਨਾਂ ਸਨ ਲਹਿਦਾ ਲਹਿਦਾ ਖੇਤਰ ਸਨ? ਹਾਂ, ਲਹਿਦਾ ਲਹਿਦਾ। ਵੰਗਲ ਵਾਲੀ ਸਾਈਡ 'ਤੇ? ਹਾਂ, ਅਤੇ ਕੁੱਕਰੀਆਂ ਦੀ ਸਾਈਡ, ਕੁੱਕਰੀਆਂ ਵਾਲੀ ਸਾਈਡ 'ਤੇ? ਹਾਂ। ਰਕਬਾ ਤੁਹਾਡਾ ਉੱਧਰ ਸੀ? ਹਾਂ। ਆਪਦੇ ਖੇਤ 'ਤੇ ਫਿਰ ਤੁਸੀਂ ਬੜੀ ਚੰਗੀ ਤਰ੍ਹਾਂ ਵੇਖੇ ਨੇ। ਹਾਂ। ਉੱਥੇ ਫਸਲਾਂ ਕੀ ਬੀਜਦੇ ਸੈ? ਉੱਥੇ ਬਾਰਿਸ਼ਾਂ ਪੈਂਦੀਆਂ ਸੀ ਅਤੇ ਛੋਲੇ ਬੀਜ ਦੇਈਦੇ ਸੀ, ਕਣਕ ਬੀਜ ਦੇਈਦੀ ਸੀ। ਅੱਛਾ, ਅਤੇ ਕਦੋਂ ਸਾਹਮਣੀਆਂ ਦਾ ਮੌਕਾ ਹੁੰਦਾ ਸੀ? ਹਾਂਜੀ, ਉਦੋਂ ਬਾਜਰੇ ਬੀਜੀਦੇ ਸੀ ਅਤੇ ਜਵਾਰਾਂ ਅਤੇ ਖੱਖੜੀਆਂ ਖਰਬੂਜੇ ਅਤੇ ਮਤੀਰੇ ਟੇਂਡੇ ਟੂੰਡੇ ਦੀ ਸਬਜ਼ੀ ਸੁਬਜ਼ੀ ਬੀਜ ਲਈ ਜੀ। ਸਹੀ, ਅਤੇ ਜਦੋਂ ਅਮਾ ਤੁਸੀਂ ਉੱਥੋਂ ਆ ਗਏ, ਹਾਂ, ਪਾਕਿਸਤਾਨ ਬਣ ਗਿਆ ਜੀ, ਅਤੇ ਉਸ ਪਿੰਡ ਦੇ ਬੰਦਿਆਂ ਦਾ ਤੁਹਾਡੇ ਨਾਲ ਕੋਈ ਰਾਬਤਾ ਹੋਇਆ?
नहीं फिर कोई रास्ता नहीं होया, कोई किरे गया कोई किरे गया, एक थां तां बैठे नहीं। नहीं जिहड़े ओह तुहाडे हुण लबाणा वी पिंड च वसदे पए ने हुण लोग, हां उहनां दी गल पुछदा पिआ। नहीं अच्छा उहनां नाल कोई राबता नहीं होया? कोई नहीं होया राबता। फिर जिहड़े अपनी बरादरी दे सन लोग, हां गिल बरादरी दे जी, ਤੁਸੀਂ ਜਿਸ ਵੀ ਮਸਲਨ ਵੀ ਇੱਧਰ ਆ ਗਏ, ਉਹਨਾਂ ਨਾਲ ਤੁਹਾਡਾ ਕੋਈ ਮੇਲ ਜੋੜ ਹੋਇਆ? ਨਹੀਂ ਕਿਸੇ ਨਾਲ ਵੀ ਕੋਈ ਮੇਲ ਜੋੜ ਨਹੀਂ ਹੋਇਆ, ਨਾ ਕੋਈ ਸਾਡਾ ਉੱਧਰ ਰਿਹਾ ਅਤੇ ਨਾ ਮੇਲ ਜੋੜ ਹੋਇਆ। ਨਹੀਂ ਨਹੀਂ ਹਾਂ ਤੁਹਾਡਾ ਤਾਂ ਉੱਧਰ ਨਹੀਂ ਰਿਹਾ, ਤੁਹਾਡੇ ਸਾਰੇ ਇੱਧਰ ਆ ਗਏ। ਹਾਂ ਵੀ ਇੱਧਰ ਸਾਨੂੰ ਇਹ ਥੋੜ੍ਹਾ ਜਿਹਾ ਦੱਸੋ ਵੀ ਜਿਹੜੇ ਤੁਹਾਡੀ ਬਰਾਦਰੀ ਦੇ ਲੋਕ ਸਨ ਉਹ ਅੱਜ ਕੱਲ੍ਹ ਵੀ ਕਿੱਥੇ ਕਿੱਥੇ ਰਹਿੰਦੇ ਪਏ ਨੇ? ਕਿੱਥੇ ਕਿੱਥੇ ਦੱਸਾਂ ਤੈਨੂੰ? ਜਿੱਥੇ ਜਿੱਥੇ ਵੀ ਰਹਿੰਦੇ ਨੇ। ਜਿੱਥੇ ਚਾਚੇ ਸੀ ਉਹ ਸਮੁੰਦਰੀ ਬਣੇ ਜਾਂਦੇ ਰਹੇ। ਅੱਛਾ। ਤੇ ਉਹ ਮਾਮੇ ਸੀ ਤੇ ਅਸੀਂ 86 ਚਾਚਾ ਮਾਣਾ ਸੀ ਜਿਹੜਾ ਉਹ ਫੇਰਾ ਫਿਰ ਫੁਰ ਕੇ 86 ਆ ਗਏ। ਅੱਛਾ। ਉੱਥੇ 86 ਬੈਠੇ ਰਹੇ। ਅੱਛਾ। ਤੇ 86ਓਂ ਸਾਨੂੰ ਥੋੜ੍ਹੀ ਥੋੜ੍ਹੀ ਜ਼ਮੀਨ ਟੱਕਰੀ। ਵੀ ਜਦੋਂ ਤੁਸੀਂ ਉੱਥੋਂ ਪਾਰ ਲੰਘ ਆਏ ਤੇ ਪਹਿਲੇ ਕਿਹੜੀ ਜਗ੍ਹਾ ਤੇ ਆਏ ਸਰ? ਪਹਿਲੇ ਇਹ ਦੱਸੋ ਸਾਨੂੰ ਵੀ ਪਹਿਲੇ ਕਿਹੜੀ ਜਗ੍ਹਾ ਤੇ ਆਏ ਸਰ? ਪਹਿਲਾਂ ਬਈ ਮੈਨੂੰ ਉਸ ਪਿੰਡ ਦਾ ਨਾਂ ਨਹੀਂ ਆਉਂਦਾ, ਕਿਹੜੇ ਵੇਖੇ ਹੋਏ ਸੀ ਪਿੰਡ ਮੈਂ। ਅੱਛਾ। ਨਹੀਂ ਕੋਈ ਸ਼ਹਿਰ ਸ਼ੂਰ ਦਾ ਨਾਂ ਯਾਦ ਹੋਵੇ ਵੀ ਜਿੰਨੇ ਨੇੜੇ? ਕੋਈ ਸ਼ਹਿਰ ਤਾਂ ਸਾਨੂੰ ਆਇਆ ਹੀ ਕੋਈ ਨਹੀਂ। ਅੱਛਾ। ਸ਼ਹਿਰਾਂ ਤੋਂ ਦੂਰੋਂ ਦੂਰ ਲੰਘੇ ਜੀ? ਦੂਰੋਂ ਦੂਰ ਪਿੰਡਾਂ ਦੇ ਵਿੱਚੋਂ ਵਿੱਚੋਂ ਆਏ। ਠੀਕ ਹੈ। ਫਿਰ ਤੁਸੀਂ ਆ ਕੇ ਤੇ ਵੀ ਤੁਸੀਂ 86 'ਚ ਬਹਿ ਗਏ? ਪਹਿਲਾਂ ਬੈਠੇ, ਕਦੇ ਰਾਤ ਪੱਕੀ ਦੇ ਆਏ ਸਮਾਣੇ ਬਹਿਜੇ, ਕਦੇ ਆਏ ਸਮਾਣੇ ਵਾਹਵਾ ਗਾਫਲਾ ਹੋਰ ਵੀ ਹੈਗੇ ਸੀ, ਦੁਨੀਆ ਹੁੰਦੀ ਸੀ। ਫਿਰ ਆਏ ਤਾਂ ਆ ਕੇ ਇੱਥੇ ਆ ਗਏ ਸਾਹੀਵਾਲ, ਰਾਤ ਉੱਥੇ ਰਹਿ ਪੱਕੀਆਂ ਅਤੇ ਰਾਤਾਂ ਰੂਤਾਂ ਕੱਟ ਕੇ ਸਾਹੀਵਾਲ ਤੁਰੇ ਤਾਂ ਫਿਰ ਅਸੀਂ 86 ਆ ਗਏ। 86 ਨਾਲ ਜਿਹੜੀ ਡੱਫੇ ਦੇ ਕੋਲ? ਹਾਂ ਡੱਫੇ ਦੇ ਕੋਲ। ਠੀਕ ਹੈ। ਅਤੇ ਉੱਥੇ ਬੈਠੇ ਰਹੇ, ਘਾਤਾ ਜਿਹਾ ਸੀ, ਕੋਈ ਤਾਂ ਉੱਠ ਅੱਠ ਗਏ ਅਤੇ ਮੇਰਾ ਤਾਂ ਪਿਓ ਬਿਮਾਰ ਸੀ, ਅਸੀਂ ਉੱਥੇ ਰਹਿ ਗਏ 86 'ਚ। ਉੱਥੇ ਫਿਰ ਕੋਈ ਥੋੜ੍ਹੇ ਦਿਨਾਂ ਪਿੱਛੋਂ ਮੇਰੇ ਮਾਮੇ ਵੀ ਆ ਗਏ, ਫਿਰ ਉਦੋਂ ਪਿੱਛੇ ਥੋੜ੍ਹੇ ਦਿਨਾਂ ਪਿੱਛੋਂ ਮੇਰਾ ਇੱਕ ਚਾਚਾ ਵੀ ਆ ਗਿਆ ਅਤੇ ਉੱਥੇ ਲੰਬਰਦਾਰ ਸੀ ਫਤਿਹ ਮੰਦ, ਅਤੇ ਫਿਰ ਅਸੀਂ ਉੱਥੇ ਬੈਠੇ ਰਹੇ। ਇਹ ਜਿਹੜਾ 86 ਪਿੰਡ ਸੀ ਜੀ, ਜਦੋਂ ਤੁਸੀਂ ਆ ਕੇ ਉੱਥੇ ਬੈਠੇ ਜੀ, ਹਾਂ ਉਹਦੇ 'ਚ ਘਰ ਕੱਚੇ ਸਨ ਜਾਂ ਪੱਕੇ ਵੀ ਹੈਗੇ ਸਨ? ਪੱਕੇ ਪੁੱਕੇ ਤਾਂ ਕੋਈ ਨਹੀਂ ਸੀ, ਕੱਚੇ ਕੁੱਚੇ ਹੀ ਸੀ। ਕੱਚੇ ਹੀ ਸਨ? ਹਾਂ ਸਾਨੂੰ ਤਾਂ ਘਰ ਵੀ ਨਹੀਂ ਟੱਕਰਿਆ ਸੀ, ਐਵੇਂ ਖੋਲੇ ਜਿਹੇ 'ਚ ਬੈਠੇ ਸਨ। ਠੀਕ। ਅਤੇ ਪਿੱਛੇ ਜਿਹੜਾ ਤੁਹਾਡਾ ਘਰ ਸੀ, ਹਾਂ ਉਹ ਕੱਚਾ ਸੀ ਜਾਂ ਪੱਕਾ ਸੀ? ਨਹੀਂ ਉਹ ਕੱਚੇ ਪਾਏ ਹੋਏ ਸੀ। ਕੱਚੇ ਸਨ? ਕੱਚੇ ਸਨ। ਸਹੀ। ਹੁਣ ਤੁਹਾਨੂੰ ਇਹ ਇਲਮ ਹੈਗਾ ਕਿ ਜਿਹੜੇ ਲਬਾਣੇ ਵਾਲੀ ਪਿੰਡ ਦੇ ਗਿੱਲ ਬਰਾਦਰੀ ਦੇ ਲੋਕ ਸਨ ਵੀ ਉਹ ਇੱਥੇ ਪਾਕਿਸਤਾਨ ਦੇ ਵਿੱਚ ਵੀ ਕਿਹੜੀ ਕਿਹੜੀ ਜਗ੍ਹਾ 'ਤੇ ਬੈਠੇ ਨੇ, ਕਿਹੜੀ ਕਿਹੜੀ ਜਗ੍ਹਾ 'ਤੇ ਰਹਿੰਦੇ ਪਏ ਨੇ? ਕੋਈ 109 ਚੱਕ ਹੈ। ਅੱਛਾ। ਕੋਈ ਉੱਥੇ ਨੇ। ਅੱਛਾ। ਅਤੇ ਕੋਈ 109 EBO ਜਿਹੜੀ ਆਰਫ ਕੋਲ ਆਮ ਬਾਜ਼ਾਰ ਦੇ ਥਾਣੇ ਦੂਰ ਆ। ਅੱਛਾ ਅੱਛਾ ਠੀਕ ਹੋ ਗਿਆ। ਅਤੇ ਕੋਈ ਇੱਧਰ ਪਿੰਡਾਂ ਦੇ ਮੈਨੂੰ ਨਾਂ ਵੀ ਨਹੀਂ ਆਉਂਦੇ ਜਿਹੜੇ ਬੈਠੇ ਨੇ। ਜਿਹੜੇ ਤੇਰੇ ਮਾਮੇ ਸਨ? ਹਾਂ। ਉਹ ਕਿੱਥੇ ਬੈਠੇ ਨੇ? ਉਹ ਤਾਂ 86 ਬੈਠੇ ਸੀ। ਅੱਛਾ। ਅਤੇ 86 ਵਿਚਾਰੇ। ਉਹ ਕੀ ਨਾਂ ਸੀ ਤੇਰੇ ਮਾਮੇ ਦਾ, ਮਾਮਿਆਂ ਦਾ? ਵੱਡੇ ਦਾ ਨਾਂ ਸੀ ਲਾਲ ਖਾਂ। ਅੱਛਾ। ਛੋਟੇ ਦਾ ਨਾਂ ਖੁਸ਼ੀ ਮੰਦ। ਅੱਛਾ। ਉਹਦੇ ਛੋਟੇ ਦਾ ਨਾਂ ਸਰਦਾਰ। ਸਰਦਾਰ। ਹਾਂ। ਅਤੇ ਆਪਣੇ ਉੱਥੇ ਪਿਛਾਂ ਪਿੰਡ ਦੇ ਵਿੱਚ ਕੋਈ ਬੰਦਾ ਮਸ਼ਹੂਰੋ ਮਰੂਫ ਵੀ ਹੈਗਾ ਸੀ ਗਿੱਲਾਂ 'ਚ ਵੀ ਜਿਹੜਾ ਕੋਈ ਕੌਡੀ ਕੁਡੀ ਖੇਡਦਾ ਹੋਵੇ? ਹਾਂ ਕੌਡੀ ਖੇਡਦਾ ਸੀ, ਦਾਦੇ ਮਹਿਮੇ ਦਾ ਪੁੱਤਰ ਸਰਦਾਰ। ਅੱਛਾ। ਉਹ ਕੌਡੀ ਖੇਡਦਾ ਹੁੰਦਾ ਸਰਦਾਰ ਗਿੱਲ। ਸਰਦਾਰ ਗਿੱਲ ਦਾ। ਠੀਕ। ਉਹ 9 ਤੋਂ ਹਟ ਕੇ, 86 ਤੋਂ ਹਟ ਕੇ ਹੋਰ ਕੋਈ ਪਤਾ ਨਹੀਂ ਤੁਹਾਨੂੰ ਕਿ ਵੀ ਹੋਰ ਗਿੱਲ ਜਿਹੜੇ ਨੇ ਕਿੱਥੇ ਬੈਠੇ ਨੇ? ਹੋਰ ਮੈਨੂੰ ਐਡਾ ਪਤਾ ਨਹੀਂ ਦਾ, ਕੋਈ ਕਿਹੜੇ ਬੈਠਾ ਕੋਈ ਕਿਹੜੇ ਬੰਦਾ ਜਾਵੇ ਆਵੇ ਤਾਂ ਪਤਾ ਲੱਗਦਾ, ਮੈਨੂੰ ਐਵੇਂ ਕੀ ਪਤਾ ਨਾ ਗਏ ਨਾ ਆਏ। ਤੁਹਾਡੇ
ਦੁਬਾਰਾ ਮੇਲ ਜੋੜ ਨਹੀਂ ਹੋਏ ਵੀ ਜਦੋਂ ਦੇ ਉੱਥੋਂ ਲਬਾਣੇ ਚੋਂ ਆਏ ਜੇ? ਹਾਂ ਨਹੀਂ, ਇੱਕ ਦੂਜੇ ਨੂੰ ਮਿਲੇ? ਨਹੀਂ, ਉਦੋਂ ਦੇ ਵਿਛੜੇ ਅੱਜ ਤਾਈਂ ਮਿਲੇ ਹੀ ਨਹੀਂ। ਨਹੀਂ, ਜਿਹੜੇ ਨੌ 'ਚ ਸੀ ਉਹਨਾਂ ਨੂੰ ਤਾਂ ਮਿਲੀ ਮਿਲੀ ਦਾ ਸੀ ਅਤੇ ਉਹਨਾਂ ਦਾ ਪਤਾ ਸੀ। ਉਹ ਕੀ ਨਾਂ ਸਨ ਨੌ ਵਾਲਿਆਂ ਦੇ? ਉਹਨਾਂ ਦੇ ਦਾਦਾ ਸੁੰਦਰ ਸੀ, ਦਾਦਾ ਕੰਦਰ ਅਤੇ ਦਾਦਾ ਸੁੰਦਰ ਦੋਵੇਂ ਭਰਾ ਸੀ। ਅੱਛਾ। ਇੱਕ ਦਾ ਨਾਂ ਸੀ ਅਬਦਰਮਾਨ। ਅੱਛਾ। ਉਹਦਾ ਫੌਤ ਹੋ ਗਿਆ ਸੀ ਹਿੰਦੁਸਤਾਨ 'ਚ। ਅੱਛਾ। ਇੱਕ ਦਾ ਨਾਂ ਸੁਲੇਮਾਨ ਅਤੇ ਇੱਕ ਦਾ ਨਾਂ ਮੰਦਾ ਮੰਦਾ ਆਉਂਦੇ ਸੀ। ਉਹ ਜਿਹੜੇ ਬੈਠੇ ਨੇ ਸ਼ਿਓਹਾਲ, ਹਾਂ ਉਹ ਵੀ ਤੁਹਾਡੇ ਰਿਸ਼ਤੇਦਾਰ ਹੀ ਨੇ? ਹਾਂ, ਉਹ ਮੇਰੇ ਨਾਨਕੇ ਵੇਲੇ ਦੇ ਨੇ। ਉਹਨਾਂ ਦੇ ਵੱਡਿਆਂ ਦਾ ਕੋਈ ਨਾਂ ਦੱਸੋ। ਹਾਂ, ਵੱਡੇ ਦਾ ਨਾਂ ਸੋਹਣਾ ਅਤੇ ਮੋਹਣਾ, ਨਹੀਂ ਇਹ ਤਾਂ ਮੈਂ ਲੈ ਕੇ, ਵੱਡੇ ਦਾ ਨਾਂ ਆਸ਼ਮ ਸੀ, ਆਸ਼ਮ ਗਿੱਲ, ਨਵਾਬ ਗਿੱਲ, ਵੱਲੂ ਗਿੱਲ, ਇਹ ਤਿੰਨ ਭਰਾ ਸੀ। ਇਹ ਵੀ ਯਾਨੀ ਕੁਛ ਨਾਲ ਬੈਠੇ ਨੇ ਜਿਹੜੇ ਉਹ ਨੇ? ਹਾਂ। ਅਤੇ ਜਿਹੜੇ ਅੰਮ੍ਰਿਤ ਮੂਰਤੀ ਬੈਠੇ ਨੇ? ਹਾਂ, ਇਹ ਸਾਡੇ ਘਰਾਂ ਦੇ ਨੇੜੇ ਹੀ ਸੀ ਰਹਿੰਦੇ, ਅੰਮ੍ਰਿਤ ਮੂਰਤੀ ਵਾਲੇ। ਹਾਂ। ਉਹਨਾਂ ਦੇ ਕੀ ਨਾਂ ਨੇ? ਉਹਨਾਂ ਦੇ ਪਿਓ ਦਾ ਨਾਂ ਤਾਂ ਸੀ ਨੂਰ ਅਹਿਮਦ। ਅੱਛਾ। ਮਾਂ ਦੇ ਨਾਂ ਫਤਿਹ। ਅੱਛਾ। ਅਤੇ ਪੁੱਤਰ ਇੱਕ ਰਹੀਮ ਸੀ, ਇੱਕ ਕਰੀਮ। ਅੱਛਾ। ਅਤੇ ਇੱਕ ਬੁੱਲਾ ਸੀ, ਖਬਰੇ ਬੁੱਲਾ ਆਉਂਦਾ ਨਹੀਂ ਹੁੰਦਾ ਸੀ। ਅੱਛਾ ਅੱਛਾ। ਹਾਂ, ਬਸ ਇੰਨਾ ਕੁ ਪਤਾ, ਮੈਨੂੰ ਹੋਰ ਨਹੀਂ ਪਤਾ। ਠੀਕ। ਹੋਰ ਬੰਦਾ ਜਾਵੇ ਆਵੇ ਤਾਂ ਪਤਾ ਲੱਗਦਾ, ਨਾ ਗਾਏ ਨਾ ਆਏ, ਨਾ ਮਿਲੇ ਨਾ ਜੁੜੇ। ਜਿਹੜੇ ਤੁਹਾਡੇ ਭੈਣ ਭਾਈ ਸਨ, ਤੇਰੀਆਂ ਭੈਣਾਂ ਸਨ, ਤੇਰੇ ਭਰਾ ਸਨ ਜੀ, ਉਹ ਸਾਰੇ ਟੁਰ ਗਏ? ਉਹ ਸਾਰੇ ਟੁਰ ਗਏ, ਅੱਲਾ ਨੂੰ ਪਿਆਰੇ ਹੋ ਗਏ। ਇੱਕ ਸਿਰਫ ਮੈਂ ਇਕੱਲੀ ਰਹਿ ਗਈ ਪੰਜਾਂ ਭੈਣ ਭਰਾਵਾਂ 'ਚੋਂ ਜੀ। ਚਾਚਾ ਤਾਂ ਜੋ ਕੋਈ ਹੈ ਤੇਰੀ ਮਸਲਮ ਦੀ ਉਮਰ ਦਾ? ਚਾਚੇ ਚਾਚੇ ਤਾਇਆ ਇੱਕ ਸੀ, ਉਹ ਤਾਂ ਹਿੰਦੁਸਤਾਨ 'ਚ ਟੁਰ ਗਿਆ ਸੀ। ਅੱਛਾ। ਅਤੇ ਚਾਚੇ ਇੱਧਰ ਟੁਰ ਗਏ ਜਿਹੜੇ ਗਏ ਸੀ। ਠੀਕ ਹੈ। ਵੀ ਯਾਨੀ ਕਿ ਆਪਦੇ ਕਬੀਲੇ ਦੇ ਵਿੱਚੋਂ ਸਿਰਫ ਇੱਕ ਤੂੰ ਹੀ ਰਹਿ ਗਈ ਹੈ ਕਿ ਜਿਹੜਾ ਨਾ ਵੀ ਤੇਰੂ ਮਾਸ਼ਾਅੱਲਾ ਵੀ ਤੈਨੂੰ ਸਭ ਜ਼ਿੰਦਗੀ ਦੇਵੇ, ਵੀ ਤੂੰ ਬੈਠੀ ਹੈ ਜਿਹੜੇ ਉੱਥੋਂ ਲਬਾਣੇ 'ਚੋਂ ਆਏ ਨੇ? ਹਾਂਜੀ। ਬਾਕੀ ਵੀ ਟੁਰ ਗਏ? ਟੁਰ ਗਏ। ਹੁਣ ਤੁਹਾਡਾ ਦਿਲ ਕਰਦਾ ਵੀ ਉਹ ਪਿਛਲਾ ਆਪਣਾ ਪਿੰਡ ਵੇਖਣ ਨੂੰ, ਘਰ ਵੇਖਣ ਨੂੰ? ਦਿਲ ਤਾਂ ਬਥੇਰਾ ਕਰਦਾ, ਅੱਖਾਂ ਦੇ ਅੱਗੇ ਐਂ ਲੱਗਦਾ ਜਿਵੇਂ ਖੇਤਰ ਵੀ ਦਿਸਦੇ ਨੇ, ਘਰ ਵੀ ਦਿਸਦੇ ਨੇ, ਅਤੇ ਹਿੰਮਤ ਨਹੀਂ ਜਾਣਦੀ। ਹਾਂ ਹਾਂ। ਵਸੈਲ ਵੀ ਕੋਈ ਨਾ। ਹਾਂ, ਵਡੇਰੀ ਉਮਰ ਹੋ ਗਈ, ਚੱਲਿਆ ਟੁਰਿਆ ਨਹੀਂ ਜਾਂਦਾ। ਹਾਂ। ਜੇ ਅਗਰ ਉੱਥੇ ਜਿਹੜੇ ਗੈਰ ਮੁਸਲਿਮ ਬੈਠੇ ਸਨ ਉਸ ਵਕਤ, ਉਹਨਾਂ 'ਚੋਂ ਕੋਈ ਜੀਂਦਾ ਜਾਗਦਾ ਆਪਣੀ ਇਹ ਵੀਡੀਓ ਵੇਖੇ, ਆਪਣੀ ਗੱਲ ਸੁਣੇ ਜੀ, ਉਹ ਗੱਲ ਕਰਨਾ ਚਾਹਵੇ, ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਲਓਗੇ? ਆਜ ਗੱਲ ਕਰਨਾ ਚਾਹਵੇ ਤਾਂ ਗੱਲ ਕਰ ਲਾਂਗੇ ਜੀ, ਸਿਆਣਾ ਆਵੇਗੀ ਤਾਂ। ਜਿਹੜਾ ਆਪਣੇ ਪਿੰਡ ਦੇ ਵਿੱਚ ਕੋਈ ਗੈਰ ਮੁਸਲਿਮ ਸਨ ਜੀ, ਜਿਹਨਾਂ ਦੀਆਂ ਕੋਈ ਦੁਕਾਨਾਂ ਦੁਕਾਨਾਂ ਸਨ? ਹੈਗੇ ਸੀ, ਤਿੰਨ ਚਾਰ ਦੁਕਾਨਾਂ ਵਾਲੇ ਹੈਗੇ ਸੀ। ਠੀਕ। ਉਹ ਕਿਸੇ ਦਾ ਮਸਲਾ ਕੋਈ ਨਾਂ ਆਇਆ ਤੁਹਾਨੂੰ ਯਾਦ? ਇੱਕ ਦਾ ਨਾਂ ਤਾਂ ਮੁਨਸ਼ੀ ਸੀ। ਅੱਛਾ। ਉਹਦੀ ਤਾਂ ਦੁਕਾਨ ਇੱਧਰ ਸੀ ਮਸੀਤ ਦੇ ਕੋਲ। ਅੱਛਾ। ਅਤੇ ਆਏ ਗਲੀ ਬਣੇ ਗੁਰਮੁਖ ਕਰਾੜ ਅਤੇ ਦੌਲਤ। ਅੱਛਾ। ਅਤੇ ਇੱਕ ਸੀ ਗੰਡੇਸਾ ਕਰਾੜ। ਅੱਛਾ। ਉਹਦਾ ਸੀ ਪਰਾਂ ਨੂੰ ਘਰ। ਅੱਛਾ। ਅਤੇ ਉੱਥੇ ਸੁਨਿਆਰਿਆਂ ਦਾ ਘਰ ਵੀ ਉੱਧਰ ਹੀ ਸੀ। ਠੀਕ। ਕੰਗੜਾਂ ਦਾ ਘਰ ਬਣੇ।